ਭਾਰ ਪੈ ਗਿਆ ਝੋਟੀ ਤੋਂ ਨੇ ਵੀਡੀਓ ਪਾਈ 2 ਮਿੰਟ ਹੀ ਪਾਸੇ ਹੋਇਆ 2 ਮਿੰਟਾਂ 'ਚ ਭਾਰ ਕੱਢ ਕੇ ਸਾਰੀ ਜਾਤ ਵਿਚਾਰਾ ਉੱਤੇ ਬੈਠਾ ਰਿਹਾ ਜੇਰ ਵੀ ਪੁਆਲੀ ਸਾਰਾ ਕੋ ਕਰ ਲਿਆ ਜਦੋਂ ਪੈਣਾ ਕੋਈ ਨੁਕਸਾਨ ਹੋਣਾ ਉਦੋਂ ਹੋਣਾ ਹੀ ਹੋਣਾ ਬਲਗਾਂ ਟੈਨਸ਼ਨਾਂ ਦੀ ਲੋੜ ਨਹੀਂ ਹਾਂ ਉਹ ਰਾਖੀ ਰੱਖੋ ਜੇ ਉਹ ਕੰਮ ਨਾ ਕਰੋ ਉਹ ਪਸ਼ੂ ਦੇ ਹਾਲਾਤ ਦੱਸ ਲੂ ਜੇ ਕੋਈ ਪਸ਼ੂ ਹੋਰ ਵੀਰੇ ਕੀ ਹਾਲਾ ਕਹਿ ਮੈਂ ਹੋਰ ਜੀ ਵੀਰੇ ਹੋ ਠੀਕ ਹੈ ਜੀ ਤੇ ਬਾਕੀ ਉਹ ਹਾਲਾਤ ਜਿਵੇਂ ਆਪਣੇ ਆਪਾਂ ਕਹਿ ਦਈਏ ਵੀ ਉਹ ਹਾਲਾਤ ਆਪਣੇ ਪਸ਼ੂ ਦੱਸ ਦਿੰਦਾ ਸੂਕੇ ਵੀ ਪਸ਼ੂ ਤੁਹਾਡਾ ਜੇ ਬੜਾ ਜ਼ੋਰ ਮਾਰੀ ਜਾਂਦਾ ਸੂਪਿਆ ਪਸ਼ੂ ਤੁਸੀਂ ਉਹਦੇ ਉੱਤੇ ਤੁਸੀਂ ਨਿਗਾਹ ਰੱਖਣੀ ਹੈ ਤੁਸੀਂ ਦੇਖੋ ਵੀ ਯਾਰ ਭੈਣ ਜੇਰ ਵੀ ਪੈਣੀ ਤਾਂ ਹੈਗੀ ਹੈ ਪਰ ਜ਼ੋਰ ਨਹੀਂ ਆਇਆ ਜੀ ਵੱਧ ਮਾਰੀ ਜਾਂਦਾ ਫਿਰ ਪਤਾ ਲੱਗਾ ਤੁਹਾਨੂੰ ਵੀ ਦਰਦ ਹੈ ਤਾਂ ਡਾਕਟਰ ਨੂੰ ਸੱਦ ਲਓ ਉਹਨੂੰ ਕਦੇ ਬਸ ਨਾਰਮਲ ਜਿਹਾ ਦਰਦ ਦਾ ਟੀਕਾ ਲਾ ਦੇਖ ਇੱਕਦਮ ਮਾੜਾ ਮੋਟਾ ਜਿਹਾ ਕੋਈ ਐਂਟੀਬਾਇਟਿਕ ਜਿਹਨੇ ਆਮ ਜਿਹਾ ਹੋਵੇ ਵੀ ਨਾ ਕੋਈ ਦੁੱਧ ਅਸਰ ਨਾ ਪਸ਼ੂ ਨੇ ਉਹਦੇ ਨਾਲ ਦਰਦ ਜਿਹਾ ਉਹਨੂੰ ਅੜ ਜਾਂਦਾ ਤਾਂ ਪਸ਼ੂ ਆਟੋਮੈਟਿਕਲੀ ਜਦੋਂ ਬਹਿ ਗਿਆ ਪਸ਼ੂ ਤੇ ਨਾ ਮੈਂ ਉਹ ਟੈਨਸ਼ਨ ਮੰਨੀ ਆ ਕਦੇ ਨਹੀਂ ਆਇਆ ਟੈਨਸ਼ਨ ਮੰਨੀ ਵੀ 8 ਘੰਟੇ ਹੋ ਗਏ 6 ਘੰਟੇ ਹੋ ਗਏ ਮਜਦੀ ਜੇਰ ਜਦੋਂ ਸੂਣ ਤੋਂ 12 ਘੰਟੇ ਤੱਕ ਪੈ ਜਾਂਦੀ ਹੁੰਦੀ 12 ਘੰਟੇ ਜੇਰ ਨੂੰ ਲੱਗ ਜਾਂਦੇ ਜੇਰ ਨੂੰ ਇੱਕ ਸਭ ਤੋਂ ਵੱਡੀ ਮੂਰਖਤਾ ਹੈ ਡਾਕਟਰ ਵੀ ਕਰਦੇ ਆ ਵੱਡੇ ਭਾਈ ਠੀਕ ਹੈ ਇਹ ਕੰਮ ਡਾਕਟਰਾਂ ਨੂੰ ਨਾਲੇ ਪਤਾ ਵੀ ਜਦੋਂ ਜੇਰ ਪੱਟਾਂਗੇ ਅੰਦਰੋਂ ਬੱਚੇਦਾਨੀ ਦੇ ਵਿੱਚੋਂ ਸਾਰੀ ਬੱਚੇਦਾਨੀ ਪੱਟਣ ਸਮਾਨ ਹੈ ਪਰ ਪਤਾ ਨਹੀਂ ਬਾਈ ਉਹਨਾਂ ਨੂੰ ਲਾਲਚ ਹੁੰਦਾ ਵੀ ਮੈਂ 10 ਦਿਨ ਜਾਊਂਗਾ ਇਹਦੇ ਘਰੇ ਬਾਈ ਜੇਰ ਪੱਟ ਦਿੰਦੇ ਯਾਰ ਨਾਲੇ ਮੇਰੇ ਨਾਲ ਬਹੁਤ ਵਾਰੀ ਮੈਂ ਦੇਖਿਆ ਜਦੋਂ ਉਹ ਭਰਾਵਾਂ ਨੂੰ ਸਮਝਾਇਆ ਵੀ ਜੇ ਹੁਣ ਅਗਲਾ ਕਹਿੰਦਾ ਬਾਈ ਉਹ ਜੋ ਵੀ ਡਾਕਟਰ ਹੈ ਜਿਨ੍ਹਾਂ ਨੂੰ ਤੁਸੀਂ ਪਰਸਨਲ ਜਾਣਦੇ ਆ ਅਗਲਾ ਕਹਿੰਦਾ ਆਇਆ ਬਾਈ ਜੀ ਜੇਰ ਕੱਢਤੀ ਤੇ ਜਿਹੜਾ ਬਰੀਡਰ ਹੈ ਬਾਈ ਤੁਸੀਂ ਪੁੱਛ ਲਓ ਫਾਰਮ ਨੂੰ ਪੁੱਛ ਲਓ ਜੇਰ ਕਢਾਉਣੀ ਨਹੀਂ ਚਾਹੀਦੀ ਜੇਰ ਦੇ ਵਿੱਚ ਡਾਕਟਰ ਨੂੰ ਹਰੇਕ ਪਤਾ ਹਰੇਕ ਨੂੰ ਹੈ ਪਰ ਤੁਸੀਂ ਆਪ ਚੌਕਸ ਰਹੋ ਪ੍ਰਭੂ ਜੀ ਬਚਨ ਹੈ ਜਿਵੇਂ ਮੰਨ ਲਾ ਤੁਸੀਂ ਗੱਡੀ ਤਾਂ ਤੁਸੀਂ ਵੀ ਚਲਾਉਣੀ ਹੈ ਪਰ ਸੋਡੀ ਡਰਾਈਵਰੀ ਨੂੰ ਮੂਹਰਲੇ ਵੱਧ ਧਿਆਨ ਦੇਣਾ ਪੈਂਦਾ ਨਾ ਆਪਾਂ ਨੂੰ ਇਹ ਕੰਮ ਹੀ ਹੈ ਮੂਹਰਲੇ ਧਿਆਨ ਦੇਣਾ ਪਊ ਤੁਹਾਨੂੰ ਆਪਦਾ ਖਿਆਲ ਆਪ ਰੱਖਣਾ ਪਊਗਾ ਜੇ ਤੁਸੀਂ ਕੁਝ ਕਰਨਾ ਹੈ ਠੀਕ ਹੈ ਨਹੀਂ ਤਾਂ ਤੁਸੀਂ ਮਤਲਬ ਤੁਹਾਡੇ ਤੇ ਤਾਂ ਚਾਰੇ ਪਾਸੇ ਟੁੱਟ ਕੇ ਪਏ ਹੋਇਆ ਕਿਸੇ ਨੇ ਐ ਨਹੀਂ ਦੇਖਣਾ ਵੀ ਉਹ ਤਾਂ ਵਿਚਾਰਾ ਸਾਰੀ ਦਿਹਾੜੀ ਮਿਹਨਤ ਕਰਕੇ ਤੜਕੇ 4 ਵਜੇ ਉੱਠ ਕੇ 200 ਮਸਾਂ ਵੱਜਦਾ ਉਹ ਪਸ਼ੂ ਚ 2-250 ਠੀਕ ਹੈ ਜੇ 20 ਪਸ਼ੂ ਆ ਤਾਂ ਆਪਣੀ ਮਿਹਨਤ ਨਾ ਵੀ ਜਿੰਨੇ ਵਧਾ ਮਗਰ ਉਹਨੇ ਪੈਸੇ ਵੱਧ ਬਚਾਲਾਂਗੇ ਵੀ ਅਗਲਾ ਕਹਿੰਦਾ 300 ਬਚਾਉਂਦਾ ਉਹ ਉਹਨਾਂ ਨੇ ਇਹ ਚੀਜ਼ ਨਹੀਂ ਸੋਚਣੀ ਉਹਨਾਂ ਦਾ ਤੇਰੇ ਤੇ ਮਤਲਬ ਚੱਕ ਦੇਣੇ ਆ ਹੁਣ ਮੰਨ ਲੈ ਤੇ ਮੁੰਡੇ ਦੀ ਇੱਕ ਦੀ ਯਾਰ ਦੋ ਦੀ ਗਾਈ ਮਾਰਤੀ ਯਾਰ ਉਹਨੂੰ ਮੈਂ ਕਿਹਾ ਯਾਰ ਉਹ ਕਹਿੰਦਾ ਹੁਣ ਮੈਂ ਕੀ ਕਵਾਂ ਕਹਿੰਦਾ ਯਾਰ ਫਲਾਨਾ ਫਲਾਨਾ ਬੰਦਾ ਸੀ ਭੈਣਾ ਮੈਂ ਵੀ ਹੈਰਾਨ ਮੈਂ ਕਿਹਾ ਯਾਰ ਉਹ ਤਾਂ ਬੰਦਾ ਸਾਰਾ ਕੁਝ ਹੀ ਭੇਤ ਹੈ ਕਹਿੰਦਾ ਯਾਰ ਆਇਆ ਮੈਂ ਕਿਹਾ ਬਾਈ ਜੇਰ ਨਹੀਂ ਪਈ ਆਇਆ ਜੇਰ ਤੇ ਨਾ ਕੱਟ ਗਿਆ ਕੱਟ ਕੇ ਤੇ ਕਹਿੰਦਾ ਗਾਂ ਬਹਿ ਗਈ ਨਾ ਖਾਂਦੀ ਨਾ ਪੀਂਦੀ 5-7 ਦਿਨਾਂ ਚ ਜੁੰਗੜ ਗਈ ਮਰ ਗਈ ਕਿਉਂਕਿ ਜੇਰ ਤੇ ਜਿਹੜਾ ਜੇਰ ਹੈ ਬੱਚੇਦਾਨੀ ਤੇ ਲੀਵਰ ਦਾ ਸਿੱਧਾ ਕਨੈਕਟ ਹੈ ਜੇ ਬੱਚੇਦਾਨੀ ਚ ਕੋਈ ਇਨਫੈਕਸ਼ਨ ਵੀ ਰਹਿੰਦੀ ਹੈ ਨਾ ਤਾਂ ਤੁਹਾਡਾ ਪਸ਼ੂ ਆ ਜਿਹੜਾ ਖਾਣੋ ਪੀਣੋ ਛੱਡ ਦੂ ਲੀਵਰ ਦੇ ਨਾਲ ਸਿੱਧਾ ਚੱਕਰ ਹੈ ਇਹਦਾ ਯਾਰ ਜੇ ਲੀਵਰ ਫੇਰ ਹੀ ਡੈਡ ਹੁੰਦਾ ਬੱਚੇਦਾਨੀ ਤੋਂ ਪ੍ਰੋਬਲਮ ਹੈ ਏਡੀ ਵੱਡੀ ਪ੍ਰੋਬਲਮ ਹੈ ਕੋਈ ਮੇਜਰ ਇਵੈਂਟ ਹੈ ਵੱਡਾ ਜਿਹਨੂੰ ਆਪਾਂ ਕਹਿੰਦੇ ਮੇਜਰ ਐਕਸੀਡੈਂਟ ਹੈ ਠੀਕ ਆ ਉਹ ਕੰਮ ਹੈ ਜੇਰ ਨਾ ਪਟਾਓ ਮੱਝ ਹੈ ਪਾਵਾਂ ਦੀ ਗਾਂ ਗਈ ਇਹੋ ਜਿਹੀਆਂ ਦਵਾਈਆਂ ਪੰਗਾ ਜਦੋਂ ਤੁਸੀਂ ਮਤਲਬ ਜੇਰ ਦਾ ਧਰਾਵੋਗੇ ਠੀਕ ਆ ਅੰਦਰ ਦਵਾਈ ਧਰਾਤੀ ਉਹਨੇ 24 ਘੰਟਿਆਂ ਦੇ ਵਿੱਚ ਅੰਦਰੋਂ ਪੂਰਾ ਹੀਟ ਦੇ ਕੇ ਜਿਵੇਂ ਕੋਈ ਫਲ ਪਕਾਉਣਾ ਹੁੰਦਾ ਨਾ ਇਹ ਬੱਚੇਦਾਨੀ ਦੇ ਨਾਲ ਚੁੰਬੜੀ ਵੀ ਹੁੰਦੀ ਆ ਇਸ ਤਰ੍ਹਾਂ ਠੀਕ ਆ ਜਿਵੇਂ ਕੋਈ ਫਲ ਪਕਾਉਣਾ ਹੁੰਦਾ ਉਦਾਂ ਦੀ ਦਵਾਈ ਧਰੀ ਜਾਂਦੇ ਉਹਨੇ ਉਦਾਂ ਦੀ ਹੀਟ ਦੇਣੀ ਆ ਪਸ਼ੂ ਨੂੰ ਹੀਟ ਦੇ ਕੇ ਫਿਰ ਉਹਨੇ ਆਪਦੀ ਆਪ ਪੱਕ ਕੇ ਨਾਲੋਂ ਲੈ ਜਾਣਾ ਲੈ ਕੇ ਉਹਨੇ ਬਾਹਰ ਨਿਕਲ ਜਾਣਾ ਜੇ ਮਾੜੀ ਮੋਟੀ ਕੋਈ ਰਹਿੰਦ ਖੂੰਦ ਹੁੰਦੀ ਆ ਇਨਫੈਕਸ਼ਨ ਦੀ ਚਿੱਟੀ ਜੀ ਕੱਢਦੀ ਆ ਕੋਈ ਵੱਡੀ ਗੱਲ ਨਹੀਂ ਹੁੰਦੀ ਠੀਕ ਆ ਉਹਦੇ ਲਗਾਤਾਰ ਡਾਕਟਰ ਨੂੰ ਸੱਦ ਕੇ 3-4 ਦਿਨ ਲਗਾਤਾਰ ਹੀ ਦਵਾਈ ਕਰਾ ਦੋ ਐ ਨਹੀਂ ਵੀ 2 ਦਿਨਾਂ ਨਾਲ ਲੋਟਾ ਨਹੀਂ ਹੋ ਸਕਦਾ ਇੱਕ ਵਾਰੀ ਦੁਬਾਰੇ ਜਦੋਂ ਹੀਟ ਤੇ ਆ ਗਈ ਉਦੋਂ ਵੀ 2 ਦਿਨ ਤਰਾ ਦੋ ਠੀਕ ਹੈ ਤੇ ਐਦਾਂ ਸੈਟ ਹੁੰਦਾ ਇੱਕ ਬਈ ਲਾ ਇੱਕ ਓਏ ਆਪਣਾ ਇਧਰੋਂ ਬਣਾ ਕੇ ਉਹਦਾ ਕੀ ਕਰਦੇ ਆ ਉਹਨੂੰ ਕੱਖ ਵੱਢਣ ਗਿਆ ਤੋਤਾ ਮੋਟਰ ਛੱਡਣ ਗਿਆ ਮੋਟਰ ਛੱਡਾ ਕੇ ਨਾ ਐ ਕਰੋ ਇਧਰਲੇ ਪਾਸੇ ਬੱਚਿਆਂ ਨੂੰ ਅੱਜ ਥੋੜਾ ਜਿਹਾ ਕੰਮ ਤੂੰ ਅੱਧਾ ਪੌਣਾ ਘੰਟਾ ਲੇਟ ਆਉਣ ਕਦੇ ਮਾਰੇ ਕੱਖ ਵੱਢ ਲਈ ਸੀ ਬਾ ਠੀਕ ਆ ਤੋਤੇ ਉਹਨੂੰ ਕਦੇ ਮੋਟਰ ਛੱਡ ਕੇ ਤੋਤੇ ਨੂੰ ਕਦੇ ਤੂੰ ਕੱਖ ਵੱਢ ਲਾਉਂ ਕਦੀ ਨਾਲੇ ਕੰਮ ਨਾਲ ਲੇਟ ਹੋਊਗਾ ਆਪਣਾ ਇੱਕ ਬਾਈ ਤੇ ਆਦੇ ਬਾਈ ਉਧਰੋਂ ਹੁਣ ਦੇਖ ਲਓ ਉਧਰ ਲਗਾ ਮੈਸਾਂ ਖੜ ਗਈਆਂ ਨਾ ਪਣਗਾਂ ਨੂੰ ਜੇ ਕੈਮਰੇ ਮਾਰੋਗੇ ਉਹਨਾਂ ਨੇ ਸੰਨੀ ਅੱਧ ਘਾਣੇ ਖਾਲੀ ਹੋ ਅੱਧ ਘਾਣੇ ਮਾੜੀ ਮੋਟੀ ਪਈ ਹੋ ਉਹ ਡੀਕ ਦਾ ਪਾਣੀ ਨਹੀਂ ਹੁਣ ਪਾਣੀ ਦੀ ਮੋਟਰ ਚੱਲ ਪੈਣੀ ਆਦੇ ਤੇ ਇੱਧਰ ਲੰਗਾਂ ਦੇ ਖਾਈ ਜਾਂਦਾਂ ਬਾਈ ਜਿਹਦੇ ਨੂੰ ਇਹਨਾਂ ਦੇ ਕੋਲੇ ਪਾਣੀ ਪਿਉਣ ਆਉਣਾ ਉਹਨੂੰ ਇੱਧਰ ਲੰਗਾਂ ਪਾਣੀ ਪੀ ਲੈਣੀਆਂ ਸਾਰੀਆਂ ਸਾਰੇ ਪਿੱਛੇ ਹਟ ਗਏ ਜੀ ਕੁਰਲੀ ਹਾਂ ਜੀ ਹਾਂ ਜਿਵੇਂ ਬਾਈ ਆਪਾਂ ਲਾਸਟ ਦੇ ਵਿੱਚ ਸਾਨੂੰ ਪੁੱਛੀ ਇੱਕ ਸਵਾਲ ਹੈ ਨਾ ਆਮ ਤੌਰ ਤੇ ਆਪਣੇ ਸਾਰੇ ਕਿਸਾਨ ਭਰਾਵਾਂ ਦੇ ਇਹੀ ਸਵਾਲ ਆ ਵੀ ਪਸ਼ੂਆਂ 'ਚੋਂ ਬਚਦਾ ਨਹੀਂ ਕੁਛ ਵੀ ਹਾਂਜੀ ਜੇ ਆਪਾਂ ਦੇਖੀਏ ਵੀ ਪਿਛਲੇ 6-7 ਸਾਲਾਂ ਤੋਂ ਲੋਕ ਕੱਟੀਆਂ ਪਾਲਣੋਂ ਹਟ ਗਏ ਨਾ ਉਹਨਾਂ ਦਾ ਮੰਨਣਾ ਹੀ ਇਹ ਆ ਵੀ ਕੱਟੀ ਲੱਖ ਖਾ ਜਾਂਦੀ ਆ ਬਚਦਾ ਨਹੀਂ ਉਹਦੇ 'ਚੋਂ ਕੁਛ ਹੈ ਨਾ ਪਸ਼ੂ ਰੱਖਣੋਂ ਹੀ ਗੱਲ ਤੇ ਗੱਲ ਹੈ ਫਿਰ ਜਿਹੜੀ ਕੱਟੀ ਲੱਖ ਰੁਪਇਆ ਖਾਂਦੀ ਆ ਉਹ ਜੱਟ ਆਪਾਂ ਨੂੰ ਦਿਖਾਵੇ ਵੀ ਆ ਲੱਖ ਰੁਪਇਆ ਕੱਢਿਆ ਪਿਆ ਮੇਰਾ ਸਾਈਡ ਤੇ ਬਚਾ ਕੇ ਉਹ ਵੀ ਫਿਰ ਦਿਖਾ ਦੇਣੋ ਜੇ ਕੱਟੀ ਲੱਖ ਰੁਪਇਆ ਖਾ ਕੇ ਬਣਦੀ ਐ ਤਾਂ ਜਿਹੜਾ ਲੱਖ ਰੁਪਇਆ ਉਹਨਾਂ ਨੇ ਦੁੱਧ ਤੋਂ ਬਚਾ ਲਿਆ ਕੱਟੀ ਦੀ ਖਰਾਕ ਬਚਾ ਲਈ ਵੇਚਤੀ ਕੱਟਿਆਂ ਨੂੰ ਉਹ ਲੱਖ ਰੁਪਇਆ ਮੈਨੂੰ ਦਿਖਾਉਣ ਵੀ ਆ ਪਿਆ ਵੀਰੇ ਲੱਖ ਕੱਢਿਆ ਤੇ ਆ ਅਸੀਂ ਘਰੇ ਲਾਤਾ ਕੰਮ ਦੇ ਇਹੀ ਇੱਥੋਂ ਮਾਰ ਪੈਂਦੀ ਆ ਵੱਡੇ ਭਾਈ ਜੋ ਤੇ ਇਹੀ ਕੰਮ ਖਤਮ ਕਰੀ ਜਾਂਦਾ ਕੱਟੀ ਐ 100 ਰੁਪਇਆ ਤੂੰ ਬੈਂਕ 'ਚ ਜਮਾ ਕਰਾ ਦੇਂਗਾ ਡੇਲੀ ਨਹੀਂ ਕਰਾਉਂਦਾ ਕੱਟੀ ਐ ਤੇਰੇ ਕੋਲੇ ਕੱਟੀ ਦੀ ਐਵਰੇਜ ਜਿਹੜੀ ਖਰਾਕ ਹੁੰਦੀ ਆ 100 ਰੁਪਏ ਦੀ ਢਲਦੀ ਐਂਡ ਤੱਕ